ਅਸੀਂ ਆਈਆਂ ਕਿ ਨਹੀਂ, ਮੈਂ ਕਦੇ ਆਪਦਾ ਭਾਰ ਨਹੀਂ ਬੋਲਿਆ ਕਿ ਨਹੀਂ ਮੈਂ ਭਾਰ ਬੋਲਣਾ। ਅੱਛਾ ਚਾਰ ਦੀ ਆਉਂਦੀ ਹੈ। ਮੈਂ ਕਿਹਾ ਮੇਰੀ ਗੱਲ ਸੁਣ ਲਾ, ਧੰਮੀ ਪੂਰੇ ਪਿੰਡ 'ਚ ਮੈਨੂੰ ਸਾਰੇ ਬੰਦੇ ਜਾਣਦੇ ਆ, ਤੂੰ ਇੱਥੇ ਮੇਰੀ ਬੇਇੱਜ਼ਤੀ ਕਰਾ ਦੇਂਗੀ, ਤੂੰ ਰਹਿਣ ਦੇ ਭਾਰ ਬੋਲਣ ਪਰ ਹਟੀ ਫਿਰ ਬੋਲ ਜਾ ਭਾਰ। ਉਹ ਮਸ਼ੀਨ ਵਾਲਾ ਮੇਰੀਆਂ ਮੈਂ ਗੱਲ ਕਰੇ ਮੇਰੇ ਮੂਹਰੇ ਹੱਥ ਪਾ ਲਿਆ, ਕਹਿੰਦਾ ਭਾਈ ਸਾਹਿਬ ਇਹਦਾ ਭਾਰ ਨਾ ਬੋਲੋ, ਕਹਿੰਦਾ ਕੰਮ ਸੇ ਕੰਮ ਮੇਰੇ 'ਤੇ ਨਹੀਂ ਤਾਂ ਮਸ਼ੀਨ 'ਤੇ ਦਾ ਤਰਸ ਕਰੋ। ਫਿਰ ਜਦੋਂ ਨਾ ਹਟੀ ਜਦੋਂ ਧਰਿਆ ਨਾ ਮਸ਼ੀਨ 'ਤੇ ਪੈਰ, ਅੱਛਾ ਨਾਲ ਹੀ ਮਸ਼ੀਨ ਦੇ ਥੋੜ੍ਹੀ ਟੁੱਟ, ਅੱਛਾ ਜਦੋਂ ਮਸ਼ੀਨ ਦੇ ਫੀਲ ਟੁੱਟ ਕੇ ਮਸ਼ੀਨ ਦੇ ਵਿੱਚੋਂ ਕਿੰਨੀ ਲੰਮੀ ਪਰਚੀ ਫਿਰ ਪਰਚੀ ਦੇ ਆਪਣੇ ਕੀ ਲਿਖਿਆ ਹੋਇਆ ਜੀ? ਪਰਚੀ ਦੇ ਲਿਖਿਆ ਸੀ ਵੀ ਭਾਈ ਮਸ਼ੀਨ 'ਤੇ ਇਕੱਲਾ ਇਕੱਲਾ ਜਾਣਾ ਕਰੋ, 12-13 ਜਣੇ ਇਕੱਠੇ ਨਾ ਜਾਣੋ, ਤੇਰੇ ਨਾਲ ਮਾੜੀ ਹੁੰਦੀ ਆ। ਉੱਥੇ ਹੀ ਮੇਰੀ ਬੇਇੱਜ਼ਤੀ ਕਰਾ ਦਿੱਤੀ। ਨਾ ਨਾ ਮੈਨੂੰ ਐਂ ਦੱਸ ਵੀ ਆ ਕਿ ਤੂੰ ਕੀ ਬਣਾ ਤੇ ਵੋਟਾਂ ਦਾ? ਵੋਟਾਂ ਦਾ ਕੰਮ ਸਾਡਾ ਕੋਈ ਅਵਤਾਰ ਦਾ ਨਹੀਂ ਹੈ, ਜਿਹੜੀ ਆਪਣੀ ਦੂਜੀ ਪਤਨੀ ਵਾਲੀ ਪੱਤੀ ਵਾਲੀ ਰਤਨੋਂ ਕੁੜੀ, ਆਹੋ ਉਹਦੇ ਨਾਲ ਤੈਨੂੰ ਪਤਾ ਬਾਪੂ ਦੀ ਹੁਣੀ ਬਣਦੀ ਅੱਟ ਕੁੱਤੇ ਵਾਲਾ ਵਾਇਰ ਤੇ ਉਹ ਚੰਗਰੀ ਆ। ਉਹ ਭਾਈ ਬਾਪੂ ਬੱਸ ਦੇ ਵਿੱਚ ਬੈਠਾ ਸੀ, ਉਹ ਬੱਸ ਦੇ ਵਿੱਚ ਕੋਲ ਜਿਹੜੇ ਮੁੰਡੇ ਜਾਣ ਫਿਰ ਉਹਨਾਂ ਨੇ ਸੋਚਿਆ ਵੀ ਅੱਜ ਭੱਜਣੇ ਨੇ ਬਾਪੂ ਦੀ ਬੇਇੱਜ਼ਤੀ ਕਰਾਉਣੀ, ਉਹਨਾਂ ਨੇ ਉਹਦੇ ਤਾਹਾਂ ਦੀ ਹੱਥ ਕੱਢ ਕੇ ਕੀ ਬਣੀ ਬੂਟੀ ਬਣਦੀ। ਉਹ ਤਾਂ ਉਹਨੇ ਦੇਖਿਆ ਪਿੱਛੋਂ ਤਾਂ ਕਹਿੰਦੀ ਬੰਦਾ ਸਾਹ ਹੋ ਫਿਰ ਉਹ ਕਹਿੰਦਾ ਵੀ ਗੱਲ ਨਹੀਂ ਬਣੀ ਦੁਬਾਰਾ ਬਣ ਫਿਰ ਦੁਬਾਰਾ ਚੁੰਡੀ ਵੱਡੀ, ਉਹਨੂੰ ਵੀ ਗਾਹਾਂ ਬੋਲਣ ਦਾ ਨਹੀਂ ਪਤਾ ਵੀ ਤੂੰ ਸੁੱਤਾ ਕੇ ਬੁੜਾ ਮੇਰੇ ਚੁੰਡੀ ਵੱਡੀ ਆ। ਹਾਂ ਕਹਿੰਦੀ ਗੱਲ ਸੁਣ ਬੁੜਾ, ਧੌਲੀ ਤੇਰੀ ਦਾੜੀ ਹੈ, ਲੱਤਾਂ ਤੇਰੀਆਂ ਕਬਰ 'ਚ, ਤੈਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਮੈਸਕਾਲਾ ਮਾਰਦੇ ਨੂੰ? ਫਿਰ ਤੁਹਾਡੇ ਬੁੜੇ ਤੋਂ ਕੋਈ ਸਜ਼ਾ ਨਹੀਂ ਆਉਂਦੀ ਆ? ਸਾਡਾ ਬੁੜਾ ਚਿੱਟਰੀ ਆ, ਸਾਡਾ ਬੁੜਾ ਪਤਾ ਕੀ ਉਹਨੇ ਚੱਕੀ ਕਹੀਦਾ ਵੀ ਛੁੱਟਿਆ ਜਾਂ ਮਾਰ ਮਾਰ ਦਾ ਜੱਟਾਂ 'ਚ ਭਗਾ ਕੇ ਮਾਰਿਆ। ਅੱਛਾ ਕਹਿੰਦਾ ਮੈਸਕਾਲਾ ਕਿ ਮੈਂ ਤੈਨੂੰ ਸਵਾਹ ਮਾਰਨੀ, ਮੇਰਾ ਤਾਂ ਨੈਟਵਰਕ ਨਹੀਂ ਕੰਮ ਕਰਦਾ। ਸੋ ਬਹੁਤ ਬਹੁਤ ਧੰਨਵਾਦ, ਥੈਂਕ ਯੂ। ਅਸੀਂ ਇੱਥੇ ਬੈਠੇ ਹਾਂ, ਸਿੱਧਾ ਪ੍ਰਧਾਨ ਸਾਹਿਬ ਦਾ ਹੋਊਗਾ, ਤੁਹਾਡੀ ਸੇਵਾ ਕਰਾਂਗੇ। ਥੈਂਕ ਯੂ। ਇਸ ਸਾਡੇ ਗੁਰੂ ਭੂਆ ਔਰ ਨਾਲ ਫੁੱਫੜ ਜੀ ਕਲਾਕਾਰ ਬਹੁਤ ਜਾਗੇ ਨੇ, ਸਾਰੀਆਂ ਹਾਜ਼ਰੀਆਂ ਭਰਦੀਆਂ ਨੇ। ਸੋ ਹੁਣ ਮੈਂ ਬੇਨਤੀ ਕਰਾਂ ਸਿਰੇ ਚੱਕ ਵਾਲਾ।